ਸਕਦਾ ਬੋਬਿਆਂ ਦੇ ਸਟਾਰ ਕੋਈ ਖੋ ਨਹੀਂ ਸਕਦਾ ਪੁੱਕੀ ਨਾਲੇ ਅਸੀਂ ਪੂਰੀ ਸਾਂਝ ਰੱਖੀ ਆ ਤੇਰਾ ਦਸਤਾ ਨਸ਼ਾ ਕੋਈ ਸਾਨੂੰ ਮੋੜ ਨਹੀਂ ਸਕਦਾ ਬਾਬੇ ਵੱਲੋਂ ਦਿੱਤੀ ਪੂਰੀ ਗੁੱਡ ਲੜੀ ਅੱਜ ਮੇਰਾ ਭਗਤੋ ਕੁਝ ਕਰਾਰਾ ਖਾਣ ਜੀ ਕਰਦਾ ਕਰੋ ਕੋਈ ਹਿੱਲਾ ਧਰੋ ਕੋਈ ਪਤੀਲਾ ਗੱਲ ਹੀ ਕੋਈ ਨੀ ਲੱਭ ਲੈਂਦੇ ਕਿਸੇ ਦਾ ਕਰੋ ਭਗਤੋ ਕਰੋ ਆਏ ਬਸ ਚਲੋ ਭਗਤੋ ਅੱਜ ਤਾਂ ਬਾਬਾ ਖੁਸ਼ ਕਰ ਦੇਣਾ ਮੈਂ ਕਹਿੰਦਾ ਇਹਦਾ ਸਵਾਦ ਲਿਆਉਣਾ ਇਹਨੂੰ ਮਰਾ ਕੇ ਪਿੰਡ ਦੇ ਤਾਂ ਲੱਗਦੇ ਨੀ ਭਗਤਾ ਭਗਤਾ ਬਾਬਿਆਂ ਨੂੰ ਗਰਦਨਾਂ ਤੋਂ ਨਹੀਂ ਫੜਿਆ ਕਰਦੇ ਛੱਡ ਤਾਂ ਸਹੀ ਤਾਂ ਹੀ ਦੱਸਾਂਗੇ ਭਗਤਾ ਤੇਰੇ ਪਿੰਡ ਬਾਬਿਆਂ ਦੀ ਰਹਿਮਤ ਹੋਈ ਆ ਬਾਬੇ ਪਤਾਰੇ ਨੇ ਬਾਬੇ ਇਹ ਕਿਹੋ ਜਿਹੇ ਬਾਬੇ ਨੂੰ ਜਿਹੜਾ ਮੁਰਗਾ ਚੋਰੀ ਕਰਦੇ ਨੇ ਭਗਤਾ ਮੁਰਗੇ ਚੋਰੀ ਨਹੀਂ ਮੁਰਗੇ ਫਸਾਏ ਜਾਂਦੇ ਨੇ ਕੀ ਮਤਲਬ ਉਹ ਤੇਰਾ ਲੈ ਕੰਨ ਕਰ ਫਿਰ ਕਰਾਂ ਚਲੋ ਠੀਕ ਹੈ ਫਿਰ ਤੁਸੀਂ ਚਲੋ ਮੈਂ ਆਇਆ ਸ਼ਮਸ਼ੇਰ ਬਾਈ ਠੀਕ ਹੈ ਵੀਰੇ ਠੀਕ ਹੈ ਤੂੰ ਦੱਸ ਕਿਵੇਂ ਆ ਮੈਂ ਤਾਂ ਵੀਰ ਵਧੀਆ ਯਾਰ ਤੂੰ ਦੱਸ ਜਾ ਕਿਉਂ ਬੈਠਾ ਮੈਂ ਨਾ ਵੈਸੇ ਲਾਦਾ ਵੀ ਤੈਨੂੰ ਵੈਸੇ ਬੈਠੇ ਮੈਂ ਤਾਂ ਨਹੀਂ ਯਾਰ ਕੋਈ ਗੱਲ ਤਾਂ ਹੋਈ ਆ ਬਾਈ ਜਿਹੜਾ ਇੰਨਾ ਉਦਾਸ ਜਾ ਬੈਠਾ ਤੇਰੀ ਤਾਂ ਸੁੱਖ ਨਾਲ ਫਸਲ ਵੀ ਇੰਨੀ ਵਧੀਆ ਹੋਈ ਆ ਐਤਕੀ ਚੱਲ ਕੋਈ ਗੱਲ ਨਹੀਂ ਜੇ ਨਹੀਂ ਦੱਸਣਾ ਯਾਰ ਤਾਂ ਕੋਈ ਚੱਕਰ ਨਹੀਂ ਬਾਕੀ ਇੰਨਾ ਕੁ ਦੱਸ ਘਰੇ ਪਰਿਵਾਰ ਸਭ ਵਧੀਆ ਨਾ ਕੁਝ ਠੀਕ ਨਹੀਂ ਹੈ ਯਾਰ ਵੀਰ ਕੁਝ ਠੀਕ ਨਹੀਂ ਹੈ ਕੀ ਦੱਸਾਂ ਨਾਲੇ ਯਾਰ ਗੱਲ ਫਸਲ ਦੀ ਨਹੀਂ ਵੀਰੇ ਗੱਲ ਨਸਲ ਦੀ ਆ ਵਿਆਹ ਹੋਇਆ ਦੀ ਰੱਬ ਤੋਂ ਮੁੰਡਾ ਮੰਗਿਆ ਦੀ ਮੈਂ ਚੱਕ ਧੀ ਮੱਥੇ ਮਾਰੀ ਹੁਣ ਇੰਨੀ ਫਸਲ ਮੇਰੀ ਦੱਸ ਕੌਣ ਸਮੂਗਾ ਯਾਰ ਅੱਛਾ ਇਹ ਗੱਲ ਆ ਬਾਈ ਹਾਂ ਚੱਲ ਕੋਈ ਗੱਲ ਨਹੀਂ ਬਾਈ ਉਦਾਸ ਨਾ ਹੋ ਤੂੰ ਮੈਂ ਸੁਣਿਆ ਆਪਦੇ ਪਿੰਡ ਇੱਕ ਬਾਬਾ ਆਇਆ ਪਹੁੰਚਿਆ ਹੋਇਆ ਮੈਂ ਤੈਨੂੰ ਉਹਦੇ ਕੋਲ ਲੈ ਕੇ ਚੱਲਦਾ ਠੀਕ ਹੈ ਚੱਲਦੇ ਹਾਂ ਚੱਲ ਆਪਾਂ ਐਂ ਕਰੀ ਤਿਆਰ ਰਹੀ ਆਪਾਂ ਕੱਲ੍ਹ ਚੱਲਦੇ ਹਾਂ ਬਾਬੇ ਕੋਲ ਠੀਕ ਹੈ ਠੀਕ ਹੈ ਠੀਕ ਹੈ ਤਿਆਰ ਰਹੀ ਮੈਂ ਆਉਣਾ ਕੱਲ੍ਹ ਨੂੰ ਠੀਕ ਹੈ ਠੀਕ ਆਪਾਂ ਕੱਲ੍ਹ ਨੂੰ ਤਿਆਰ ਰਹੀ ਮੈਂ ਤੈਨੂੰ ਫੋਨ ਕਰਦਾ ਠੀਕ ਹੈ ਠੀਕ ਹੈ ਚੱਲੀਏ ਸ਼ਮਸ਼ੇਰ ਬਾਈ ਓਏ
ਜੈ ਬੋਲੋ ਭਗਤੋ ਜੈ ਬੋਲੋ ਜੈ ਬੋਲੋ ਬਾਬਾ ਜੀ ਦੀ ਜੈ ਬੋਲੋ ਜੀ ਜੈ ਬੋਲੋ ਜੈ ਬੋਲੋ ਜੈ ਭਗਤੋ ਜੈ ਬਾਬਾ ਜੀ ਬੋਲੋ ਰਲ ਕੇ ਸਾਰੇ ਬੋਲੋ ਜੈ ਬੋਲੋ ਜੈ ਬੋਲੋ ਬਾਬਾ ਜੀ ਦੀ ਸਾਰੇ ਜੈ ਬੋਲੋ ਜੈ ਭਗਤੋ ਜੈ ਬਾਬਾ ਜੀ ਬੋਲੋ ਰਲ ਕੇ ਸਾਰੇ ਬੋਲੋ ਜੈ ਬੋਲੋ ਜੈ ਬੋਲੋ ਬਾਬਾ ਜੀ ਦੀ ਸਾਰੇ ਜੈ ਬੋਲੋ ਬੋਲੋ ਰਲ ਕੇ ਸਾਰੇ ਬੋਲੋ ਜੈ ਬੋਲੋ ਜੈ ਬੋਲੋ ਬਾਬਾ ਜੀ ਦੀ ਬੋਲੋ ਰਲ ਕੇ ਸਾਰੇ ਬੋਲੋ ਜੈ ਬੋਲੋ ਜੈ ਬੋਲੋ ਬਾਬਾ ਜੀ ਦੀ ਬੋਲੋ ਰਲ ਕੇ ਸਾਰੇ ਬੋਲੋ ਕੋਈ ਇੱਥੇ ਪੁੱਤਰ ਦੀ ਦਾਤ ਲੈਣ ਆਇਆ ਤੁਹਾਨੂੰ ਬਾਬਾ ਜੀ ਤੁਸੀਂ ਜਾਣੀ ਜਾਣੋ ਸਾਰਾ ਕੁਛ ਦੇਖਿਆ ਸ਼ਮਸ਼ੇਰ ਬਾਈ ਤੈਨੂੰ ਕਿਹਾ ਸੀ ਨਾ ਬਾਬਾ ਜੀ ਬਹੁਤ ਪਹੁੰਚੇ ਹੋਏ ਨੇ ਤੁਹਾਨੂੰ ਬਾਬਾ ਜੀ ਤੁਹਾਨੂੰ ਜੀ ਬਾਬਾ ਜੀ ਹੁਣ ਧੀ ਦੀ ਨਹੀਂ ਪੁੱਤਰ ਦੀ ਯਾਦ ਬਖਸ਼ ਦਿਓ ਜੀ ਭਗਤਾ ਪੁੱਤਰ ਤਾਂ ਹੈਗਾ ਤਾਰੇ ਕਰਮਾਂ 'ਚ ਪਰ ਥੋੜ੍ਹੀ ਜਿਹੀ ਮਿਹਨਤ ਦੀ ਲੋੜ ਆ ਅਤੇ ਵਿਚਾਰ ਕਰਨ ਦੀ ਲੋੜ ਆ ਪਰ ਕੀ ਬਾਬਾ ਜੀ ਬਾਬਿਆਂ ਨੂੰ ਬਹੁਤਾ ਭਰਪੂਰ ਨਹੀਂ ਕਰੀਦਾ ਹੁੰਦਾ ਜਦੋਂ ਤੈਨੂੰ ਕਹਿਤਾ ਨਾ ਬਾਬਾ ਜੀ ਨੇ ਕਿ ਤੇਰੇ ਪੁੱਤਰ ਦੀ ਦਾਤ ਹੈਗੀ ਆ ਤੇਰੇ ਕਰਮਾਂ 'ਚ ਤਾਂ ਤੈਨੂੰ ਸਭ ਮਿਲ ਜੂ ਆਓ ਚੱਲਦੇ ਹਾਂ ਆਪਾਂ ਜੈ ਬੋਲੋ ਬਾਬਾ ਜੀ ਦੀ ਜੈ ਬੋਲੋ ਜੈ ਬੋਲੋ ਜੈ ਬੋਲੋ ਬਾਬਾ ਜੀ ਦੀ ਜੈ ਬੋਲੋ ਬੋਲੋ ਭਗਤੋ ਜੈ ਬੋਲੋ ਜੈ ਬੋਲੋ ਬਾਬਾ ਜੀ ਦੀ ਜੈ ਬੋਲੋ ਜੈ ਬੋਲੋ ਜੈ ਬੋਲੋ ਬਾਬਾ ਜੀ ਦੀ ਜੈ ਬੋਲੋ ਜੈ ਬੋਲੋ ਜੈ ਬੋਲੋ ਬਾਬਾ ਜੀ ਦੀ ਜੈ ਬੋਲੋ ਬੋਲੋ ਭਗਤੋ ਜੈ ਬੋਲੋ ਜੈ ਬੋਲੋ ਬਾਬਾ ਜੀ ਦੀ ਜੈ ਭਰਪੂਰ ਕੋਈ ਨੀ ਬਾਬਿਆਂ ਦੇ ਭਰੋਸਾ ਰੱਖੀ ਠੀਕ ਹੈ ਸਭ ਠੀਕ ਹੋ ਧੰਨਵਾਦ ਤੇਰਾ ਯਾਰ ਬਹੁਤ ਧੰਨਵਾਦ ਠੀਕ ਹੈ ਠੀਕ ਹੈ ਓਕੇ ਚਾਹ ਪੀ ਲੈਂਦੇ ਤੇਰੇ ਨਹੀਂ ਸ਼ੁਕਰੀਆ ਵੀਰੇ ਅਲੀ ਪਾਣੀ ਲੈ ਕੇ ਆਈ ਯਾਰ ਪਾਣੀ ਦੇ ਕੇ ਆ ਰਹੇ ਕਿੱਥੇ ਜਾਊਗੀ ਤੂੰ ਜਿੱਦਾਂ ਦੀ ਜਮੀ ਮੇਰੇ ਘਰ ਚ ਹਨੇਰਾ ਕਰਾਂ ਪਿਆ ਚਲਾ ਤੇਰਾ ਭਾਅ ਵੱਢ ਕੇ ਤੇ ਚੱਲ ਇੱਥੇ ਚੱਲ ਕੇ ਤੁਸੀਂ ਤੁਹਾਡੇ ਅੰਦਰ ਚੱਲ ਤੂੰ ਛੱਡ ਕੇ ਦੇ ਦੋ ਤੂੰ ਅੰਦਰ ਚੱਲ ਇੱਥੇ ਕਹਿ ਕੇ ਪਛਾਰਿਆ ਤੂੰ ਅੰਦਰ ਚੱਲ ਚੱਲ ਪਹਿਲਾਂ ਤੇਰੇ ਹੀ ਭਾਅ ਆਉਂਦਾ ਚੱਲ ਛੱਡ ਦੇ ਦੋ ਅੰਦਰ ਤੂੰ ਅੰਦਰ ਚੱਲ ਚੱਲ ਅੰਦਰ ਤੂੰ ਅੰਦਰ ਚੱਲ ਅੰਦਰ ਚੱਲ ਤੂੰ ਛੱਡ ਦੇ ਦੋ ਅੱਜ ਨੂੰ ਮਾਰ ਕੇ ਖੇਤਾਂ ਦੱਬ ਗਿਆ ਹੁੰਗਾ ਮੈਂ ਮੈਨੂੰ ਪੁੱਤ ਚਾਹੀਦਾ ਮੇਰੇ ਲੇਖਾ 'ਚ ਪੁੱਤ ਹੈਗਾ ਇਹਨੂੰ ਮਾਰੂ ਅੱਜ ਮੈਂ ਮਾਰ ਕੇ ਸਾਹ ਲਊਂਗਾ।
भैया चुप करके। ਚੁੱਪ ਕਰਕੇ ਬਹਿ ਜਾ ਜਾ ਕੇ ਇੱਥੋਂ ਨਹੀਂ ਲੜਦਾ। ਵਾਵਾ ਰਮਜ਼ ਫਕੀਰਾ ਤੇਰੀ ਤੇਰੀਆਂ ਤੂੰ ਹੀ ਓ ਜਾਣੇ ਵੇ ਕਿਸੇ ਕਿਸੇ ਤੋਂ ਕੱਚ ਚੁਗਾਉਣਾ ਕਿਸੇ ਤੋਂ ਮੋਤੀ ਦਾਣੇ ਵੇ ਵਾਵਾ ਰਮਜ਼ ਫਕੀਰਾ ਤੇਰੀ ਤੇਰੀਆਂ ਤੂੰ ਹੀ ਓ ਜਾਣੇ ਵਾਵਾ ਰਮਜ਼ ਫਕੀਰਾ ਤੇਰੀ ਤੇਰੀਆਂ ਤੂੰ ਹੀ ਓ ਜਾਣੇ ਬੁਢਾਪੇ ਦੇ ਰੁੜ ਜੇ ਪੁੱਤਰ ਮਿੱਠੜੇ ਮੇਵੇ ਧੀਆਂ ਮਿਸ਼ਰੀ ਸਦਾ ਮਾਪਿਆਂ ਦੀ ਜਿੱਥੇ ਵੀ ਹੋਵਣ ਜੋ ਦਿੱਤਾ ਸੋ ਲੈ ਜਾਵਣ ਨਾ ਕੁਝ ਵੀ ਖੋਵਣ ਫਿਰ ਪੁੱਤਰ ਦੀ ਚਾਹਤ ਲਈ ਕਿਉਂ ਚੜਦੀਆਂ ਬਲੀਆਂ ਫਿਰ ਪੁੱਤਰ ਦੀ ਚਾਹਤ ਲਈ ਕਿਉਂ ਚੜਦੀਆਂ ਬਲੀਆਂ ਪੁੱਤਰ ਮਿੱਠੜੇ ਜੇ ਪੁੱਤਰ ਮਿੱਠੜੇ ਮੇਵੇ ਧੀਆਂ ਮਿਸ਼ਰੀ ਖਾ ਲਿਆ ਮਨ ਰੱਬ ਦਾ ਭਾਣਾ